ਝੋਨੇ ਦੀ ਬਿਜਾਈ ਮੌਕੇ ਪੰਜਾਬ ਸਰਕਾਰ ਦੇ ਵੱਲੋਂ 8 ਘੰਟੇ ਬਿਜਲੀ ਸਪਲਾਈ ਦੇ ਵਾਅਦੇ ਤੋਂ ਮੁੱਕਰਦਿਆਂ ਸਿਰਫ 5 ਘੰਟੇ ਦੀ ਬਿਜਲੀ ਸਪਲਾਈ ਮਿਲਣ ਦੇ ਰੋਸ ਵਿੱਚ ਅੱਜ ਅੰਮ੍ਰਿਤਸਰ ਦੇ ਪਿੰਡ ਚੱਬਾ ਵਿਖੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਵੱਲੋਂ ਕੈਪਟਨ ਸਰਕਾਰ ਦਾ ਪੁਤਲਾ ਫੂਕ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ, ਜਿਸ ਦੇ ਕਿਸਾਨ ਜਥੇਬੰਦੀਆਂ ਦੇ ਵੱਲੋਂ ਕੈਪਟਨ ਸਰਕਾਰ ਦੇ ਖਿਲਾਫ਼ ਜੰਮ ਕੇ ਨਾਅਰੇਬਾਜ਼ੀ ਵੀ ਕੀਤੀ ਗਈ। ਇਸ ਮੌਕੇ ਗੱਲਬਾਤ ਕਰਦਿਆਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਆਗੂ ਗੁਰਬਚਨ ਸਿੰਘ ਚੱਬਾ ਨੇ ਕਿਹਾ ਕਿ ਕੈਪਟਨ ਸਰਕਾਰ ਦੇ ਵੱਲੋਂ ਦਾਅਵਾ ਕੀਤਾ ਗਿਆ ਸੀ ਕਿ ਉਹ ਕਿਸਾਨਾਂ ਨੂੰ ਝੋਨੇ ਦੀ ਬਿਜਾਈ ਦੇ ਮੌਕੇ 8 ਘੰਟੇ ਬਿਜਲੀ ਸਪਲਾਈ ਦੇਵੇਗੀ, ਪਰ ਬਿਜਲੀ ਦੀ ਸਪਲਾਈ ਸਿਰਫ 5 ਘੰਟੇ ਮਿਲ ਰਹੀ ਹੈ, ਜਿਸ ਨਾਲ ਕਿਸਾਨਾਂ 'ਤੇ ਵਾਧੂ ਬੋਝ ਪੈ ਰਿਹਾ ਹੈ। ਜਿਸ ਦੇ ਚੱਲਦਿਆਂ ਅੱਜ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਵੱਲੋਂ ਪਿੰਡ ਚੱਬਾ ਵਿਖੇ ਕੈਪਟਨ ਸਰਕਾਰ ਦਾ ਪੁਤਲਾ ਫੂਕ ਕੇ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ। ਅਸੀਂ ਕੈਪਟਨ ਸਰਕਾਰ ਦਾ ਜਿਹੜਾ ਪੁਤਲਾ ਸਾੜ ਕੇ ਬਿਜਲੀ ਸਪਲਾਈ ਜਿਹੜੀ ਆ ਸਾਨੂੰ 8 ਘੰਟੇ ਨਹੀਂ ਮਿਲ ਰਹੀ। ਪੈਡੀ ਸੀਜ਼ਨ ਸਾਡਾ ਜਿਹੜਾ 10 ਤਰੀਕ ਤੋਂ ਸ਼ੁਰੂ ਹੋਇਆ ਵਾ, ਕੈਪਟਨ ਸਰਕਾਰ ਨੇ ਵਾਅਦਾ ਕੀਤਾ ਵੀ 10 ਤਰੀਕ ਤੋਂ ਜਿਹੜਾ ਪੈਡੀ ਸੀਜ਼ਨ ਦੇ ਮੱਦੇਨਜ਼ਰ 8 ਘੰਟੇ ਬਿਜਲੀ ਜਿਹੜੀ ਆ ਪੂਰੀ ਤਰ੍ਹਾਂ ਅਸੀਂ ਦੇਵਾਂਗੇ, ਪਰ ਉਹ ਬਿਜਲੀ 8 ਘੰਟੇ ਦੇਣ ਦੇ ਵਿੱਚ ਬਿਲਕੁਲ ਨਾਕਾਮ ਰਹੀ ਆ। ਇਸ ਕਰਕੇ ਅਸੀਂ ਅੱਜ ਪੁਤਲਾ ਸਾੜ ਕੇ ਮੰਗ ਕੀਤੀ ਵੀ ਪੂਰੀ ਤਰ੍ਹਾਂ ਜਿਹੜੀ ਆ ਬਿਜਲੀ ਸਪਲਾਈ ਦਿੱਤੀ ਜਾਵੇ, ਕਿਉਂਕਿ ਇਹਦੇ ਨਾਲ ਪੈਡੀ ਸੀਜ਼ਨ ਸਾਡਾ ਪ੍ਰਭਾਵਿਤ ਹੋ ਰਿਹਾ ਵਾ, ਲੇਟ ਹੋ ਰਿਹਾ ਵਾ। ਜਿਵੇਂ ਜਿਵੇਂ ਸਾਡੀ ਝੋਨੇ ਦੀ ਬਿਜਾਈ ਲੇਟ ਹੋਊਗੀ, ਇਹਦੀ ਮੁੜ ਕੇ ਕਟਾਈ 'ਤੇ ਅਸਰ ਪਊਗਾ, ਮੰਡੀਆਂ ਦੇ ਵਿੱਚ ਕਿਸਾਨ ਦੀ ਜਿਹੜੀ ਆ ਵੱਡੀ ਪੱਧਰ 'ਤੇ ਨਵੀਂ ਕਾਰਨ ਜਿਹੜੀ ਆ ਲੁੱਟ ਹੋਊਗੀ। ਕਿਸਾਨ ਪਹਿਲਾਂ ਹੀ ਕਰਜ਼ੇ ਥੱਲੇ ਜਿਹੜਾ ਨਪੀੜਿਆ ਪਿਆ, ਅਤੇ ਇਹਦੇ ਨਾਲ ਬਹੁਤ ਵੱਡਾ ਜਿਹੜਾ ਹੋਰ ਕਰਜ਼ੇ ਦਾ ਬੋਝ ਆਊਗਾ। ਸਰਕਾਰ ਜਿਹੜੀਆਂ ਚਾਲਾਂ ਚੱਲ ਰਹੀ ਆ ਵੀ ਕਿਸੇ ਤਰੀਕੇ ਵੀ ਜਿਹੜਾ ਵਾ ਕਿਸਾਨ ਨੂੰ ਪਰੇਸ਼ਾਨ ਕੀਤਾ ਜਾਵੇ, ਤਾਂ ਉਹ ਖੇਤੀ ਤੋਂ ਜਿਹੜਾ ਵਾ ਪੂਰੀ ਤਰ੍ਹਾਂ ਬਾਹਰ ਹੋ ਜਾਵੇ, ਅਤੇ ਪੰਜਾਬ ਅਤੇ ਪੂਰੇ ਦੇਸ਼ ਦੀ ਖੇਤੀ ਜਿਹੜੇ ਵਾ ਇਹ ਕਾਰਪੋਰੇਟ ਘਰਾਣੇ ਜਿਹੜੇ ਅਡਾਨੀ ਬਾਨੀ ਉਹਨਾਂ ਦੇ ਹੱਥਾਂ ਦੇ ਵਿੱਚ ਦਿੱਤੀ ਜਾਵੇ, ਇਹਨੂੰ ਪੂਰੀ ਤਰ੍ਹਾਂ ਜਿਹੜਾ ਵਾ ਕਿਸਾਨੀ ਨੂੰ ਖਤਮ ਕੀਤਾ ਜਾਵੇ। ਇਹਨਾਂ ਚਾਲਾਂ ਦੇ ਚੱਲਦਿਆਂ ਜਿਹੜੀ ਆ ਬਿਜਲੀ ਦਾ ਪ੍ਰਬੰਧ ਜਿਹੜਾ ਵਾ ਇਹ ਨਹੀਂ ਪੂਰਾ ਕਰ ਰਹੀ ਆ। 5-6 ਘੰਟੇ ਤੋਂ ਬਿਜਲੀ ਕਿਤੇ ਵੀ ਜਿਹੜੀ ਆ ਉਹ ਵੱਧ ਨਹੀਂ ਆ ਰਹੀ। ਸਬਸਿਡੀ ਨੂੰ ਲੈ ਕੇ ਜੋ ਕੇਂਦਰ ਵੱਲੋਂ 9 ਜੂਨ ਨੂੰ ਸੂਬਿਆਂ ਨੂੰ ਪੱਤਰ ਜਾਰੀ ਕੀਤੇ ਗਏ, ਉਹਦੇ ਵਿੱਚ ਕੇਂਦਰ ਵੱਲੋਂ ਇਹ ਸ਼ਰਤਾਂ ਲਾਈਆਂ ਗਈਆਂ ਕਿ ਖੇਤੀ ਨੂੰ ਮਿਲਦੀ ਜਿਹੜੀ ਆ ਸਬਸਿਡੀ ਆ ਉਹਨੂੰ ਪੂਰੀ ਤਰ੍ਹਾਂ ਖਤਮ ਕੀਤਾ ਜਾਵੇ, ਖੇਤੀ ਮੋਟਰਾਂ ਦੇ ਉੱਤੇ ਮੀਟਰ ਲਾਏ ਜਾਣ, ਅਤੇ ਇਹ ਸਬਸਿਡੀ ਖਤਮ ਕਰਕੇ ਅਤੇ ਇਹਨੂੰ ਜਿਹੜਾ ਵਾ ਬਿਲਕੁਲੋਂ ਇਹ ਤਜਵੀਜ਼ਾਂ ਜਿਹੜੀਆਂ ਭੇਜੀਆਂ ਵੀ ਇਹ ਘਰੇਲੂ ਉਤਪਾਦ ਦਾ 50% ਜਿਹੜਾ ਵਾਧੂ ਕਰਜ਼ਾ ਲੈ ਸਕਦੇ ਜੇ ਸਬਸਿਡੀ ਖਤਮ ਕੀਤੀ ਜਾਊਗੀ। ਕਿਉਂਕਿ 2020 ਜਿਹੜਾ ਬਿੱਲ ਆ ਇਹ ਲਾਗੂ ਕਰਨ ਦੇ ਵਿੱਚ ਪਹਿਲਾਂ ਜਿਹੜੀ ਆ ਸਰਕਾਰ ਕਾਮਯਾਬ ਨਹੀਂ ਹੋ ਸਕੀ, ਅੰਦੋਲਨ ਦੇ ਦਬਾਅ ਹੇਠੇ ਇਹਨਾਂ ਨੂੰ ਬਿੱਲ ਜਿਹੜਾ ਵਾ ਪਿਛਾਂਹ ਕਰਨਾ ਪਿਆ, ਪਰ ਹੁਣ ਲੁਕਵੇਂ ਢੰਗ ਦੇ ਨਾਲ ਜਿਹੜਾ ਸੂਬਿਆਂ ਦੇ ਉੱਤੇ ਕੇਂਦਰ ਜਿਹੜਾ ਵਾਰ ਕਰ ਰਿਹਾ ਉਹਦੇ ਵਾਸਤੇ ਕਈ ਤਰ੍ਹਾਂ ਦੇ ਜਿਹੜੇ ਆ ਲਾਲਚ ਦਿੱਤੇ ਜਾ ਰਹੇ ਆ। ਪਰ ਅਸੀਂ ਕੇਂਦਰ ਨੂੰ ਕਹਿਣਾ ਚਾਹੁੰਦੇ ਹਾਂ ਵੀ ਕਿਸੇ ਵੀ ਤਰੀਕੇ ਦੀ ਤੁਹਾਡੀ ਜਿਹੜੀ ਚਾਲ ਆ ਅਸੀਂ ਉਹ ਕਾਮਯਾਬ ਨਹੀਂ ਹੋਣ ਦਿਆਂਗੇ। ਆਪਣੇ ਹੱਕਾਂ ਵਾਸਤੇ ਅਸੀਂ ਲੜਾਈ ਹੋਰ ਤੇਜ਼ ਕਰਾਂਗੇ। ਅੰਦੋਲਨ ਸਾਡਾ ਚੱਲ ਰਿਹਾ ਦਿੱਲੀ ਦੇ 7ਵੇਂ ਮਹੀਨੇ ਦੇ ਵਿੱਚ, ਇਹ ਸਾਰੇ ਕਾਲੇ ਕਾਨੂੰਨ ਜਿਹੜੇ ਆ ਰੱਦ ਕਰਵਾ ਕੇ ਬਿਜਲੀ ਸੋਧ ਬਿੱਲ ਵੀ ਜਿਹੜਾ ਵਾ ਉਹ ਰੱਦ ਕਰਵਾਵਾਂਗੇ, ਇਹਨੂੰ ਬਿਲਕੁਲ ਅਸੀਂ ਜਿਹੜਾ ਵਾ ਰੱਦ ਨਹੀਂ ਰੱਖਾਂਗੇ। ਅੱਜ ਅਸੀਂ ਇਹ ਮੰਗ ਕਰਦੇ ਵੀ ਪੂਰੀ ਜਿਹੜੀ ਆ ਬਿਜਲੀ ਸਾਨੂੰ 8 ਘੰਟੇ ਦਿੱਤੀ ਜਾਵੇ, ਅਤੇ ਸਾਡਾ ਜਿਹੜਾ ਪੈਡੀ ਸੀਜ਼ਨ ਆ ਉਹ ਸਹੀ ਤਰੀਕੇ ਨਾਲ ਜਿਹੜਾ ਵਾ ਅਸੀਂ ਉਹਨੂੰ ਝੋਨੇ ਦੀ ਬਿਜਾਈ ਕਰ ਸਕੀਏ। ਆਵਾਜ਼ੀ ਕੰਮ ਟੀਵੀ ਲਈ ਅੰਮ੍ਰਿਤਸਰ ਤੋਂ ਪੱਤਰਕਾਰ ਲਲਿਤ ਸ਼ਰਮਾ ਦੀ ਰਿਪੋਰਟ।